पहला मुंडा भी थे, नूह भी थे, पोता भी थे, कदे दो ही रह गए बस हुण। कल्ले रहने हौसला नहीं टुटदा। हौसला तोड़ के फिर करिए डक्का बली। ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਮਿਹਨਤ ਕਰਕੇ ਰਾਜੀ ਨਹੀਂ? ਤੁਸੀਂ 80 ਸਾਲ ਦੀ ਉਮਰ 'ਚ ਮਿਹਨਤ ਕਰਦੇ, ਕਹਾਂਗੇ ਤਾਂ ਜੇ ਹੱਕ ਹੈ ਕਹਿ ਜਾਂਗੇ ਵੀ ਭਾਈ ਮਿਹਨਤ ਕਰਕੇ ਖਾਓ, ਹੱਕ ਹੈ ਜਦੋਂ ਅਸੀਂ ਕਰਦੇ 80 ਸਾਲ ਦੇ, ਤੁਸੀਂ ਵੀ ਮਿਹਨਤ ਕਿਉਂ ਨਹੀਂ ਕਰਦੇ? ਮਿਹਨਤ ਕਰੋ। ਸਿਆਣੇ ਕਹਿੰਦੇ ਨੇ ਕਿ ਜੇ ਬੰਦੇ ਦੇ ਹੌਸਲੇ ਤੇ ਜਜ਼ਬੇ ਬੁਲੰਦ ਹੋਣ ਬੰਦਾ ਕੁਝ ਵੀ ਕਰ ਸਕਦਾ। ਅਜਿਹੀ ਹੀ ਮਿਸਾਲ ਹੈ ਮਾਨਸਾ ਦੇ ਕਸਬਾ ਭੀਖੀ ਦੇ ਬਜ਼ੁਰਗ ਬਾਬਾ ਕਰਮ ਸਿੰਘ, ਜੋ 80 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਭੀਖੀ ਦੇ ਬੱਸ ਸਟੈਂਡ ਤੇ ਨਜ਼ਦੀਕ ਜੁੱਤੀਆਂ ਗੰਢ ਕੇ ਆਪਣਾ ਗੁਜ਼ਾਰਾ ਚਲਾ ਰਹੇ ਨੇ। ਬਾਪੂ ਕਰਮ ਸਿੰਘ ਨੇ ਦੱਸਿਆ ਕਿ ਮੈਂ ਸ਼ੁਰੂ ਤੋਂ ਕਦੇ ਦਿਹਾੜੀ ਨਹੀਂ ਛੱਡੀ, ਆਪਣੇ ਧੀਆਂ ਪੁੱਤਾਂ ਨੂੰ ਵਿਆਹ ਕੇ ਆਪਣਾ ਫਰਜ਼ ਪੂਰਾ ਕੀਤਾ, ਪਰ ਅੱਜ ਉਸਦੇ ਪੁੱਤਰ ਹੀ ਉਸਦੀ ਸਾਰ ਨਹੀਂ ਲੈ ਰਹੇ। ਡੇ ਜੀ ਜੁੱਤੀਆਂ ਦਾ ਕੰਮ ਕਰਦੇ ਹਾਂ, ਪੁਰਾਣੀਆਂ ਦਾ ਕੰਮ ਕਰਕੇ ਖਾਂਦੇ ਹਾਂ, ਦੋਵੇਂ ਜੀਆਂ ਉੱਥੇ ਜੁੱਤੀਆਂ ਦਾ ਕੰਮ ਕਰਕੇ ਜਿਹੋ ਜਿਹਾ ਗੁਜ਼ਾਰਾ ਕਰਦੇ ਹਾਂ। ਪਰਿਵਾਰ 'ਚ ਕੌਣ ਕੌਣ ਹੈ? ਹੁਣ ਤਾਂ ਇਸ ਵਕਤ ਅਸੀਂ ਦੋਵੇਂ ਹੀ ਹਾਂ, ਉਹਦਾ 6-7 ਸਾਲ ਹੋ ਗਏ ਛੱਡ ਗਏ। ਕੌਣ ਸੀਗਾ ਪਰਿਵਾਰ 'ਚ ਪਹਿਲਾਂ? ਪਹਿਲਾਂ ਮੁੰਡਾ ਵੀ ਸੀ, ਨੂੰਹ ਵੀ ਸੀ, ਪੋਤਾ ਵੀ ਸੀ। ਹੁਣ ਇਕੱਲੇ ਰਹਿੰਦੇ ਹੋ, ਹੌਸਲਾ ਨਹੀਂ ਟੁੱਟਦਾ? ਕਦੇ ਦੋਵੇਂ ਹੀ ਰਹਿ ਗਏ ਬਸ ਹੁਣ। ਇਕੱਲੇ ਰਹਿੰਦੇ ਹੋ, ਹੌਸਲਾ ਨਹੀਂ ਟੁੱਟਦਾ? ਹੌਸਲਾ ਤੋੜ ਕੇ ਫਿਰ ਕਰੀਏ ਵੀ ਡੱਕਾ ਬਣੀ, ਫਿਰ ਹੁੰਦਾ ਹੀ ਨਹੀਂ ਕੋਲ, ਫਿਰ ਇਹ ਵੀ ਕੰਮ ਜਾਊ ਜੀ ਹੌਸਲੇ ਸਿੱਟਦਾ। ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਮਿਹਨਤ ਕਰਕੇ ਰਾਜੀ ਨਹੀਂ? ਤੁਸੀਂ 80 ਸਾਲ ਦੀ ਉਮਰ 'ਚ ਮਿਹਨਤ ਕਰ ਰਹੇ ਹੋ, ਕਹਾਂਗੇ ਤਾਂ ਜੇ ਹੱਕ ਹੈ ਕਹਿ ਦਿਆਂਗੇ ਵੀ ਭਾਈ ਮਿਹਨਤ ਕਰਕੇ ਖਾਓ, ਹੱਕ ਹੈ ਜਦੋਂ ਅਸੀਂ ਕਰਦੇ ਹਾਂ 80 ਸਾਲ ਦੇ, ਤੁਸੀਂ ਵੀ ਮਿਹਨਤ ਕਿਉਂ ਨਹੀਂ ਕਰਦੇ? ਮਿਹਨਤ ਕਰੋ, ਮਿਹਨਤ ਕਰਕੇ ਖਾਓ, ਸਭ ਕੁਝ ਮਿਲੂ ਮਿਹਨਤ ਨਾਲ। ਹਾਲਾਤ ਬਾਬਾ ਹੁਣ ਭੁੱਖਾ ਮਰਦਾ, ਹੁਣ ਉਹਦਾ ਢਿੱਡ ਦਾ ਗੁਜ਼ਾਰਾ ਤਾਂ ਕਰਨਾ ਹੀ ਹੈਗਾ, ਕਰਕੇ ਖਾ ਰਿਹਾ। ਕੋਈ ਦੇ ਜਾਂਦਾ ਉਹ ਵੀ ਚੰਗਾ, ਨਹੀਂ ਦਿੰਦਾ ਕੋਈ ਉਹ ਵੀ ਚੰਗਾ। ਜੇ ਕਿਸੇ ਦੇ ਆਉਂਦੀ ਹੈ ਦਇਆ ਤਾਂ ਦੇ ਜਾਂਦੇ ਨੇ ਵਿਚਾਰੇ ਨੂੰ, ਨਹੀਂ ਆਪਦਾ ਕਰਕੇ ਖਾਂਦਾ। ਜੇ ਚਲੋ ਮਦਦ ਕਰ ਸਕਦਾ ਕੋਈ ਕਰ ਸਕਦਾ, ਜਿੰਨੀ ਕੁ ਵੀ ਹੋ ਸਕਦੀ ਹੈ ਕੋਈ, ਇਹਦੀ ਥੋੜ੍ਹੀ ਤਾਂ ਥੋੜ੍ਹੀ ਮਦਦ ਕਰ ਸਕਦੇ ਨੇ, ਇਹਦੀ ਕਰਨ ਇਹਦੀ ਮਦਦ ਵੀ ਇਹਨੂੰ, ਜਦ ਕੋਈ ਹੀ ਨਹੀਂ ਇਹਨੂੰ ਕਮਾਈ ਵਾਲਾ। ਕੋਈ ਕੁੜੀਆਂ ਵਿਆਹਤੀ ਆਪਦੇ ਘਰੇ ਗਈਆਂ, ਪੁੱਤ ਵਿਆਹ ਤਾਂ ਅੱਡ ਹੋ ਗਿਆ, ਹੁਣ ਇਹਨਾਂ ਨੂੰ ਕੋਈ ਸਹਾਰਾ ਨਹੀਂ ਹੈਗਾ ਵੀ ਇਹਨਾਂ ਨੂੰ ਆਇਆ ਵੀ ਚੱਲ ਇਹਦਾ ਤਾਂ ਕੋਈ ਗੁਜ਼ਾਰਾ ਹੋਈ ਜਾਵੇ ਇਹਨਾਂ ਦੀ ਮਦਦ। ਅਸੀਂ ਅਪੀਲ ਤਾਂ ਬਸ ਆਹੀ ਹੈ ਸਾਡੀ, ਤਾਂ ਵੀ ਇਹਨਾਂ ਦਾ ਮਦਦ ਕਰਨਾ, ਥੋੜ੍ਹੀ ਤੋਂ ਥੋੜ੍ਹੀ ਜਿੰਨੀ ਕੁ ਵੀ ਹੁੰਦੀ ਹੈ ਉਨੀ ਕੁ ਮਦਦ ਕਰਨੀ ਹੈ। ਮੈਨੂੰ ਲਟਾ ਕੇ ਲੈ ਗਈ ਗੱਡੀ, ਮੁੜ ਕੇ ਰੋਡ 'ਤੇ ਖੜ੍ਹੇ ਲੈ ਕੇ ਜਾਓ। ਭੈਣ ਕਹਿੰਦੀ ਚੱਲ ਕੁਛ ਤੋਂ ਪਹਿਲਾਂ ਵੀ ਕਰਾ ਲਏਗਾ ਆਪਾਂ, ਮੈਂ ਇਹਦਾ ਵੇਚ।